ਕੈਬਨਿਟ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ। ਗੁਰਕਿਰਤ ਕੋਟਲੀ ਨੂੰ ਮੰਗ ਪੱਤਰ ਦੇਣ ਲਈ ਪੁੱਜੇ ਐਨਐਚ ਮੁਲਾਜ਼ਮ। ਨਹੀਂ ਮੰਨਿਆ ਮੰਗਾਂ ਤਾਂ ਮੰਤਰੀ ਸਾਹਿਬ ਦੇ ਘਰ ਬਾਰ ਲਾਵਾਂਗੇ ਪੱਕਾ ਮੋਰਚਾ। ਪੰਜਾਬ ਭਰ ਦੇ ਵਿੱਚ ਐਨਐਚਐਮ ਮੁਲਾਜ਼ਮਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸੇ ਦੇ ਤਹਿਤ ਖੰਨਾ ਵਿਖੇ ਕੈਬਨਿਟ ਮੰਤਰੀ ਗੁਰਕਿਰਤ ਕੋਟਲੀ ਦੇ ਰਿਹਾਇਸ਼ ਬਾਹਰ ਐਨਐਚਐਮ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਲਈ ਆਏ ਨੇ, ਪਰ ਅਜੇ ਤੱਕ ਕੋਈ ਵੀ ਨੁਮਾਇੰਦਾ ਜਾਂ ਫਿਰ ਖੁਦ ਮੰਤਰੀ ਸਾਹਿਬ ਬਾਹਰ ਨਹੀਂ ਆਏ ਨੇ। ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਸਰਕਾਰ ਆਪਣਾ ਕੋਈ ਯੋਗਦਾਨ ਨਹੀਂ ਦੇ ਰਹੀ ਹੈਗੀ। ਉਹਨਾਂ ਨੂੰ ਚਾਹੀਦਾ ਕਿ ਸਾਡੇ ਜੋ ਵੀ ਅਧਿਕਾਰ ਹੈਗੇ ਸਾਨੂੰ ਦੇਣ, ਪੱਕੇ ਕਰਨ। ਪਿਛਲੇ ਕਈ ਸਾਲ ਯਾਨੀ ਕਿ 12-15 ਸਾਲਾਂ ਤੋਂ ਕਰ ਰਹੇ ਹੈਗੇ ਆ, ਪਰ ਉਹ ਸਰਕਾਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈਗੀ। ਅੱਜ ਜਿਹੜਾ ਧਰਨਾ ਤੁਸੀਂ ਕਿਸ ਦੇ ਕਰਦੇ ਹੋ ਦਿੱਤਾ ਹੈ? ਇਹ ਧਰਨਾ ਅਸੀਂ ਪੱਕੇ ਹੋਣ ਵਾਸਤੇ ਦਿੱਤਾ ਵਾ ਕਿ ਆਪਣੇ ਜਿਹੜੇ ਹੈਗੇ ਆ ਡਿਸਟ੍ਰਿਕਟ ਆਪਣੇ ਜ਼ਿਲ੍ਹਾ ਪਰਿਸ਼ਦ ਦੇ ਤੌਰ 'ਤੇ ਕਿ ਜਿਹੜੇ ਜਿਵੇਂ ਕੋਟਲੀ ਸਾਹਿਬ MLA ਹੈਗੇ ਆ, ਇਹਨਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪੱਕੇ ਹੋਣਾ ਚਾਹੁੰਦੇ ਹਾਂ, ਪਰ ਉਹ ਕੀ ਹੈ ਸਾਨੂੰ ਕੋਈ ਟਾਈਮ ਨਹੀਂ ਦਿੰਦੇ ਪਏ, ਨਾ ਸਾਡੇ ਨਾਲ ਮੁਲਾਕਾਤ ਕਰਦੇ, ਕੁਛ ਨਹੀਂ ਦੱਸਦੇ ਪਏ। ਪਰ ਅਸੀਂ ਵੀ ਆਪਣੇ ਪੂਰਾ ਜੋਸ਼ ਦਿਖਾ ਰਹੇ ਹੈਗੇ ਹਾਂ ਕਿ ਅਸੀਂ ਵੀ ਦੱਸਣਾ ਚਾਹੁੰਦੇ ਕਿ ਅਸੀਂ ਵੀ ਪੱਕੇ ਹੋ ਕੇ ਦਿਖਾਵਾਂਗੇ। ਵਿੰਦਰ ਕੌਰ, ਸਟਾਫ ਨਰਸ। ਅੱਜ ਤੁਸੀਂ ਧਰਨਾ ਲਾਇਆ ਮੰਤਰੀ ਦੇ ਬਾਹਰ ਘਰ ਦੇ ਬਾਹਰ, ਕੀ ਕਹੋਗੇ ਤੁਸੀਂ? ਕਿਉਂ ਤੁਸੀਂ ਇੰਨਾ ਲੰਬਾ ਸੰਘਰਸ਼ ਆ ਰਿਹਾ, ਕੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਕੋਈ? ਅਸੀਂ 15 ਸਾਲਾਂ ਤੋਂ ਰੈਗੂਲਰ ਇਸ ਮਹਿਕਮੇ ਵਿੱਚ ਕੰਮ ਕਰ ਰਹੇ ਹਾਂ, ਪਰ ਸਰਕਾਰ ਸਾਡਾ ਬਿਲਕੁਲ ਵੀ ਸਾਡੇ ਵੱਲ ਧਿਆਨ ਨਹੀਂ ਦੇ ਰਹੀ ਹੈਗੀ। ਅਸੀਂ ਰੈਗੂਲਰ 16 ਤਰੀਕ ਤੋਂ ਧਰਨੇ 'ਤੇ ਬੈਠੇ ਹੋਏ ਹਾਂ, ਸਰਕਾਰ ਲਾਰੇ ਲੱਪੇ ਲਾ ਰਹੀ ਆ। ਅਸੀਂ ਆਪਣੇ ਕੈਬਨਿਟ ਮਿਨਿਸਟਰ ਨੇ ਗੁਰਪ੍ਰੀਤ ਸਿੰਘ ਕੋਟਲੀ ਉਹਨਾਂ ਦੇ ਘਰ ਅੱਗੇ ਬੈਠੇ ਹਾਂ, ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੀ ਇੰਪਲਾਈਜ਼ ਇੱਥੋਂ ਦੇ ਇਲਾਕੇ ਦੇ ਹਾਂ ਕਿ ਕੰਮ ਕਰ ਰਹੇ ਹਾਂ ਸਿਹਤ ਮਹਿਕਮੇ ਵਿੱਚ, ਕਿ ਸਾਡਾ ਰੈਗੂਲਰ ਹੋਣਾ ਹੱਕ ਆ। ਕੋਈ ਮੰਤਰੀ ਜਾਂ ਉਹਦਾ ਰਿਪ੍ਰੈਜੈਂਟੇਟਿਵ ਕੋਈ ਆਇਆ ਤੁਹਾਨੂੰ ਮਿਲ? ਨਹੀਂ ਜੀ, ਕੋਈ ਨਹੀਂ ਆਇਆ। ਅਤੇ ਕਿੱਦਾਂ ਮਹਿਸੂਸ ਹੁੰਦਾ ਕਿ ਕੋਈ ਤੁਹਾਨੂੰ ਮਿਲਣ ਵੀ ਨਹੀਂ ਆ ਰਿਹਾ, ਤੁਸੀਂ ਹਲਕੇ ਦੇ ਵੋਟਰ ਵੀ ਹੋ ਉਹਨਾਂ ਦੇ ਅਤੇ ਤੁਸੀਂ ਮੁਲਾਜ਼ਮ ਵੀ ਹੋ? ਦੇਖੋ, ਇਹ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਵੋਟਾਂ ਤਾਂ ਅਸੀਂ ਉਹ ਦੇਣੀਆਂ ਨੇ ਉਹਨਾਂ ਨੂੰ, ਕਿ ਜੇਕਰ ਉਹ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦਾ ਘਿਰਾਓ ਕਰਾਂਗੇ, ਬਹੁਤ ਜ਼ਬਰਦਸਤੀ ਨਾਲ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਅੱਜ ਅਸੀਂ ਆਪਣੇ ਕੈਬਨਿਟ ਮਿਨਿਸਟਰ ਖੰਨੇ ਜਿਹੜੇ ਗੁਰਕਿਰਤ ਕੋਟਲੀ ਇਹਨਾਂ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ ਅਤੇ ਇਹਨਾਂ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ, ਪਰ ਹਜੇ ਤੱਕ ਇਹਨਾਂ ਵੱਲੋਂ ਕੋਈ ਰਿਸਪੋਂਸ ਨਹੀਂ, ਕੋਈ ਇਹਨਾਂ ਦਾ ਨੁਮਾਇੰਦਾ ਅਜੇ ਤੱਕ ਸਾਡੇ ਕੋਲ ਪਹੁੰਚੇ ਨਹੀਂ ਹੈਗੇ। ਕਿੰਨੇ ਦਿਨ ਤੋਂ ਤੁਸੀਂ ਧਰਨੇ 'ਤੇ ਬੈਠੇ ਹੋ? ਕਿੰਨੇ? ਸਾਡਾ ਧਰਨਾ ਇਹ ਪੂਰੇ ਪੰਜਾਬ 'ਚ 16 ਨਵੰਬਰ ਤੋਂ ਚੱਲ ਰਿਹਾ, ਅੱਜ 6 ਦਸੰਬਰ ਨੂੰ 21 ਦਿਨ ਚੱਲ ਰਿਹਾ। ਇੱਥੋਂ ਦੇ ਮੰਤਰੀ ਨੇ ਗੁਰਕੀਰਤ ਸਿੰਘ ਕੋਟਲੀ ਉਹ ਆਪ ਜਾਂ ਕੋਈ ਉਹਨਾਂ ਨੁਮਾਇੰਦਾ ਹੁਣ ਤੱਕ ਤੁਹਾਨੂੰ ਮਿਲਿਆ? ਨਹੀਂ, ਅਸੀਂ ਪਹਿਲਾਂ ਵੀ ਅਪਰੋਚ ਕੀਤੀ ਸੀ, ਸਾਨੂੰ ਟਾਈਮ ਨਹੀਂ ਮਿਲਿਆ, ਅੱਜ ਵੀ ਇਸੇ ਕਰਕੇ ਇਹਨਾਂ ਦੇ ਘਰ ਦੇ ਬਾਹਰ ਬੈਠੇ ਹਾਂ। ਜਿੰਨਾ ਚਿਰ ਉਹ ਸਾਤੋਂ ਮੰਗ ਪੱਤਰ ਆਪ ਨਹੀਂ ਲੈ ਕੇ ਜਾਂਦੇ, ਉਨੀ ਦੇਰ ਅਸੀਂ ਧਰਨਾ ਇੱਥੇ ਪੱਕਾ ਹੀ ਲਾ ਕੇ ਰੱਖਾਂਗੇ। ਤੁਹਾਡਾ ਹਲਕੇ ਦਾ ਮੰਤਰੀ ਤੁਹਾਨੂੰ ਮਿਲ ਰਿਹਾ ਅਤੇ ਤੁਸੀਂ ਉਮੀਦਾਂ ਮੁੱਖ ਮੰਤਰੀ ਤੋਂ ਲਾਈਓ, ਕੀ ਕਹੋਗੇ? ਹਾਂ ਨਾ ਜੀ, ਅਫਸੋਸ ਦੀ ਗੱਲ ਆ ਵੀ 16 ਤਰੀਕ ਤੋਂ ਅਸੀਂ ਸਿਵਲ ਹੋਸਪਿਟਲ ਖੰਨੇ, ਸਾਰੇ ਸਾਡੇ ਮਰੀਜ਼ਾਂ ਨੂੰ ਖੰਨੇ ਦੇਣ ਵਾਲੇ ਦਿਲ ਨੂੰ ਸਭ ਨੂੰ ਪਤਾ ਵੀ ਸਿਹਤ ਜਿਹੜੇ ਵਿਭਾਗ ਦੇ ਕੱਚੇ ਮੁਲਾਜ਼ਮ ਇਹਨਾਂ ਦੀਆਂ ਕੀ ਮੰਗਾਂ ਨੇ ਸਭ ਨੂੰ ਪਤਾ ਲੱਗ ਗਿਆ, ਪਰ ਇਹ ਅਫਸੋਸ ਦੀ ਗੱਲ ਹੈ ਮੰਤਰੀ ਸਾਹਿਬ ਵੱਲੋਂ ਸਾਨੂੰ ਕੋਈ ਰਿਸਪੋਂਸ ਨਹੀਂ ਮਿਲਿਆ। ਮੰਤਰੀ ਮਿਲਦੀ ਨਹੀਂ ਤੁਹਾਨੂੰ? ਕੀ ਨਹੀਂ ਜੀ, ਹਜੇ ਤੱਕ ਕੋਈ ਇਹਨਾਂ ਦਾ ਪਹਿਲਾਂ ਵੀ ਕੰਟੈਕਟ ਕੀਤਾ, ਕੋਈ ਨੁਮਾਇੰਦਾ ਨਹੀਂ ਆਇਆ, ਨਾ ਇਹਨਾਂ ਵੱਲੋਂ ਕੋਈ ਰਿਸਪੋਂਸ ਆਇਆ। ਖੰਨੇ ਦੇ ਕਿੰਨੇ ਮੁਲਾਜ਼ਮ ਜਿਹੜੇ ਸਟ੍ਰਾਈਕ 'ਤੇ ਨੇ? ਖੰਨੇ ਵਿੱਚ ਅਸੀਂ NHM ਦੇ ਜਿਹੜੇ 14-15 ਖੰਨੇ ਤੋਂ, ਬਾਕੀ ਮਾਨੂਪੁਰ ਕਾਫੀ ਸਟਾਫ ਆ, 100 ਦੇ ਕਰੀਬ ਆਸ਼ਾ ਵਰਕਰ ਵੀ ਹੈਗੀਆਂ, ਮਲੌਦ ਪਾਇਲ ਇਹ ਵੀ ਸਾਡੇ ਟੱਚ 'ਚ ਨੇ, ਅਤੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਸਾਰੇ ਬਲੋਕ ਇਕੱਠੇ ਹੋ ਕੇ ਇੱਥੇ ਹੀ ਪੱਕਾ ਧਰਨਾ ਲਾ ਦਾਂਗੇ। ਕਿਹੜੇ ਕਿਹੜੇ ਕੰਮ? ਇੱਥੇ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਲਾ ਦਾਂਗੇ।
ਕਿਹੜੇ ਕਿਹੜੇ ਕੰਮ ਠੱਪ ਕੀਤੇ ਤੁਸੀਂ? ਇਹ ਸਿਹਤ ਸੇਵਾਵਾਂ ਜਿਵੇਂ OPD ਆ, RNTB ਡਿਪਾਰਟਮੈਂਟ ਹੈ, CHO ਜਿਹੜੇ ਪਿੰਡਾਂ ਵਿੱਚ ਸੇਵਾਵਾਂ ਦਿੰਦੇ ਆ ਸਾਰੀਆਂ, ਇਹ ਵੈਕਸੀਨੇਸ਼ਨ ਸੈਂਪਲਿੰਗ, ਇਹ ਸਾਰੇ ਕੰਮ ਠੱਪ ਕੀਤੇ ਹੋਏ ਆ। ਅੱਜ ਨਸ਼ੇ ਦੇ ਜਿਹੜੇ ਨਸ਼ਿਆਂ ਨੂੰ ਦਵਾਈ ਦਿੱਤੀ ਜਾਂਦੀ ਸੀਗੀ ਉਹਨਾਂ ਦਾ ਵੀ ਅੱਜ ਪਹਿਲਾ ਦਿਨ ਸੀ, ਉਹਨਾਂ ਨੇ ਵੀ ਸਾਨੂੰ ਜੁਆਇਨ ਕੀਤਾ। ਇੰਨੀ ਦੇ ਨਹੀਂ, ਪੰਜਾਬ ਦੇ ਵਿੱਚ ਹਰ ਇੱਕ ਵਿਭਾਗ ਦੇ ਮੁਲਾਜ਼ਮ ਸੜਕਾਂ ਉੱਤੇ ਨੇ, ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇਕਰ NHM ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਕਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਨੂੰ ਦਾਅ ਉੱਤੇ ਰੱਖ ਕੇ ਕਰੋਨਾ ਮਰੀਜ਼ਾਂ ਦੀ ਦੇਖਭਾਲ ਇਹਨਾਂ ਵੱਲੋਂ ਕੀਤੀ ਗਈ ਸੀ ਅਤੇ ਉਸ ਵੇਲੇ ਸਰਕਾਰ ਵੱਲੋਂ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਸੀਗਾ, ਪਰ ਹੁਣ ਸਰਕਾਰ ਆਪਣੇ ਵੱਲੋਂ ਦਿੱਤੇ ਭਰੋਸੇ ਤੋਂ ਪਿੱਛੇ ਹਟ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੱਕਾ ਨਾ ਕੀਤਾ ਗਿਆ ਅਤੇ ਇਸਦੇ ਨਾਲ ਹੀ ਕਈ ਹੋਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਖੰਨਾ ਤੋਂ ਸੰਜੂ ਸੈਣੀ ਦੀ ਰਿਪੋਰਟ, ਫੈਕਟ ਨਿਊਜ਼।